ਜਿਹਨੇ ਅੰਮ੍ਰਿਤ ਛਕ ਲਿਆ ਉਹਦੀ ਜਾਤ ਖਤਮ ਹੋ ਗਈ। ਇੱਥੇ 20-20 ਗੁਰਦੁਆਰੇ ਬਣਾ ਗਏ ਪਿੰਡਾਂ 'ਚ। ਫਿਰ ਗੱਲਾਂ ਕਰਦੇ ਆ ਰੂਹਾਨੀਅਤ ਦੀਆਂ, ਗੁਰੂ ਘਰ ਦੀਆਂ। ਜਿੱਦਣ ਇਹਨਾਂ ਨੂੰ ਇਨਸਾਫ ਮਿਲ ਗਿਆ ਉਦਣ ਗੁਰੂ ਨਾਨਕ ਨੇ ਖੁਸ਼ ਹੋਣਾ, ਨਹੀਂ ਤਾਂ ਇੱਦਾਂ ਹੀ ਇਹਨਾਂ ਨੇ ਵੀ ਧੱਕੇ ਖਾਏ ਜਾਣੇ। ਅਸੀਂ ਤਾਂ ਖਾਏ ਹੀ ਹਾਂ, ਹੋਰ ਜਾ ਕੇ ਅਸੀਂ ਤਾਂ ਜਰ ਲਾਂਗੇ। ਉਹ ਵੀ ਤਾਂ ਫਿਰ ਧੁੱਪੇ ਖੜੇ ਹੁੰਦੇ ਹੰਸਰਾਜ ਜਾਣ ਤੋਂ ਪਹਿਲਾਂ, 2 ਘੰਟੇ ਪਹਿਲਾਂ ਖੜੇ ਰਿਹਾ ਕਰਨਗੇ, 2 ਘੰਟੇ ਬਾਅਦ 'ਚ ਖੜਿਆ ਕਰਨਗੇ। ਖਵਾਰ ਦੋਨੇ ਪਾਰਟੀਆਂ ਹੋਣਗੀਆਂ। ਜਿੰਨੀ ਦੇਰ ਗੁਰੂ ਨਾਨਕ ਦੇਵ ਜੀ ਦੀ ਤਾਲੀਮ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਲੀਮ ਨੂੰ ਅਮਲੀ ਜਾਮਾ ਨਾ ਪਹਿਨਾਇਆ ਕਿ ਜਿਨ ਪ੍ਰੇਮ ਕੀਆ ਤਿਨ ਹੀ ਪ੍ਰਾਪ ਪਾਓ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨੋ। ਖਪ ਖਪ ਕੇ ਮਰ ਜਾਂਦੇ, ਕੋਈ ਝੋਨਾ ਲਾਉਂਦਾ, ਕੋਈ ਨਰੇਗਾ ਵੱਲ ਜਾਂਦਾ, ਕਦੇ ਉੱਧਰ ਜਾਂਦਾ, ਉਹ ਵੀ ਨਹੀਂ ਜਰਿਆ ਜਾਂਦਾ। ਜਿਹੜੇ ਵੀ ਕੋਈ ਡੀਸੀ ਸਾਹਿਬ ਹੈਗਾ, ਮੈਂ ਤਾਂ ਉਹਨਾਂ ਨੂੰ ਕਿਹਾ ਕਿ ਯਾਰ ਤੁਸੀਂ, ਤੁਹਾਨੂੰ ਹੱਕ ਆ, ਤੁਸੀਂ ਪਿੰਡ ਪਿੰਡ ਜਾ ਕੇ ਕਹੀ ਜੋ ਹੰਸਰਾਜ ਹੰਸ ਨੂੰ ਨਹੀਂ ਵੋਟਾਂ ਦੇਣੀਆਂ, ਮੈਂ ਆਪਣਾ ਕੰਮ ਕਰੂੰਗਾ, ਤੁਸੀਂ ਆਪਣਾ ਕੰਮ ਕਰੋ, ਮੈਨੂੰ ਮੇਰੇ ਲੋਕਾਂ 'ਤੇ ਮਿਹਨਤ ਦਿਓ। ਜਿੰਨੇ ਜ਼ਿਮੀਂਦਾਰ ਆ, ਜੱਟ ਜ਼ਿਮੀਂਦਾਰ ਆ, ਵੱਡੇ ਵੱਡੇ ਖੱਬੀ ਖਾਨ, ਉਹ ਘਰਾਂ 'ਚ ਬੁਲਾਉਂਦੇ ਆ, ਕਹਿੰਦੇ ਯਾਰ ਅਸੀਂ ਨਹੀਂ ਤੈਨੂੰ ਕੁਛ ਵੀ ਕਹਿੰਦੇ। ਪਤਾ ਨਹੀਂ ਕੌਣ ਲੋਕ ਆ ਜਿਹੜੇ ਚਾਹੁੰਦੇ ਨਹੀਂ ਕਿ ਗਰੀਬ ਆਦਮੀ ਨੂੰ ਸੁਰਤ ਆ ਜਾਵੇ, ਇਹ ਥੋੜ੍ਹੇ ਜਿਹੇ ਲੋਕ ਦੁਖੀ ਕਰਦੇ। ਕੋਈ ਨੀ ਭੈਣੇ ਜੀ, ਜਿਹਦਾ ਰਿਹਾ ਤੇ ਮੈਂ ਪਹਿਲਾਂ ਨਹੀਂ ਗੱਲ ਕਰਦਾ ਹੁੰਦਾ, ਜੇ ਜ਼ਿੰਦਗੀ ਰੱਬ ਨੇ ਬਖਸ਼ੀ ਤੇ ਇੱਥੇ ਇਨਕਲਾਬ ਹੀ ਆਊਗਾ। ਇਹ ਤੇ ਮੇਰੇ ਨਾਲੇ ਵੋਟਾਂ ਲਈ ਲਾਉਂਦੇ ਆ ਨਾ, ਇਹ ਤੇ ਮੇਰੇ ਵੋਟਾਂ ਲੈਣ ਲਈ ਲਿਆਉਂਦੇ, ਇੱਥੇ ਵਾਕਿਆ ਇਨਕਲਾਬ ਆਏਗਾ। ਗਰੀਬ ਦੇ ਚਿਹਰੇ ਤੇ ਨਾ ਰੌਣਕ ਆਈ ਤੇ ਲਾਹਨਤ ਹੈ ਮੇਰੇ ਇਸ ਲਾਈਨ 'ਚ ਆਉਣ। ਪ੍ਰਧਾਨ ਜੀ, ਰੱਜਿਆਂ ਨੂੰ ਰਜਾਈ ਜਾਂਦੀ ਹੈ ਗੌਰਮੈਂਟ, ਜੇ ਇੱਥੇ ਚੈੱਕ ਤਾਂ ਕਰਨ ਕਿ ਜੇ ਤੁਸੀਂ ਕੱਚੇ ਮਕਾਨਾਂ ਤੋਂ ਪੱਕੇ ਬਣਾਉਣੇ, ਕਿਹਨੂੰ ਕਿਹਨੂੰ ਮਿਲੇ, ਜਿਹੜਾ ਡਿਜ਼ਰਵ ਕਰਦਾ, ਜਿਹੜਾ ਹੱਕ ਰੱਖਦਾ ਉਹਦੇ 'ਤੇ ਪਹੁੰਚੋ, ਕੋਈ ਚੈੱਕਰ ਵੀ ਲਾਓ, ਕੋਈ ਚੈੱਕਰ ਵੀ ਲਾਓ, ਇਹ ਵਿੱਚ ਸੱਚੇ ਰਹਿੰਦੇ ਆ ਨਾ। ਮੇਰਾ ਦਿਲ ਤਾਂ ਕਰਦਾ ਜਾਵਾਂ ਹੀ ਨਾ ਇੱਥੋਂ। ਪ੍ਰੋਬਲਮ ਇਹ ਆ ਕਿ ਇਹ ਕਿਤੇ ਅਗਲੀ ਗਾਲਾਂ ਕੱਢਣ ਦੇ, ਹੁਣ ਅਗਲੇ ਪਿੰਡ ਉੱਥੇ ਖਾ ਜਾ ਕੇ ਇੱਕ ਚਾਂਸ ਮੈਂ ਕਿਹਾ ਮੈਨੂੰ ਦੇ ਦਿਓ, ਮੈਂ ਆਪਣੇ ਲੋਕਾਂ ਦੀ ਹਾਲਤ ਦੇਖਾਂ। ਜਦੋਂ ਹਾਲਤ ਵੱਲ ਧਿਆਨ ਮਾਰਦਾ ਤਾਂ ਦੁਆਬੇ 'ਚ ਤਾਂ ਥੋੜ੍ਹਾ ਬੈਟਰ ਆ, ਮਾਲਵਾ ਸਾਰਾ ਹੀ ਹੁਣ ਮੈਂ ਘੁੰਮ ਰਿਹਾ। ਐਕਚੁਲੀ 13 ਸੀਟਾਂ ਨਾ, 13 ਤੇ 13 ਚੌਕ, 52 ਬੰਦੇ ਖੜੇ ਹੋਣਗੇ, ਆਜ਼ਾਦ ਛੱਡ ਲਓ। 51 ਬੰਦਿਆਂ ਨੂੰ ਕੱਖ ਨਹੀਂ ਕਹਿੰਦੇ, 1 ਬੰਦੇ ਦੇ ਨੂੰ ਕਹਿੰਦੇ ਆ, ਤਾਂ ਕਿ ਇਹਨਾਂ ਨੂੰ ਗੁਲਾਮੀ 'ਚੋਂ, ਇਹਨਾਂ ਨੂੰ ਨਰਾਦਰੀ 'ਚੋਂ, ਬਿਮਾਰੀ 'ਚੋਂ ਜੇ ਕੋਈ ਕੱਢਣ ਲਈ ਆ ਹੀ ਗਿਆ ਤੇ ਇਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿਓ, ਜਿੱਤਣ ਤੋਂ ਪਹਿਲਾਂ ਹੀ ਇਹਨੂੰ ਪਰੇਸ਼ਾਨ ਕਰ ਦਿਓ, ਪਰੇਸ਼ਾਨ ਹੋ ਕੇ ਭੱਜ ਜਾਵੇ ਇੱਥੋਂ। ਅਤੇ ਮੈਂ ਸਹੁੰ ਮੈਨੂੰ ਲੱਗੇ ਗੁਰੂ ਦੀ, ਬਾਬਾ ਜੀਵਨ ਸਿੰਘ ਦੀ, ਮੈਂ ਮਰ ਜਾਵਾਂਗਾ ਇਹਨਾਂ ਲਈ, ਹੁਣ ਭੱਜਣ ਵਾਲਾ ਮੈਂ ਹੈ ਨਹੀਂ। ਮੈਨੂੰ ਪਤਾ ਕੁਛ ਵੀ ਹੋ ਸਕਦਾ, ਆ ਰਿਕਾਰਡਿੰਗ ਰੱਖਿਓ ਮਹਿਫੂਜ਼, ਕੁਛ ਵੀ ਕਰ ਸਕਦੇ ਆ, ਲੇਕਿਨ ਜਿੰਨੀ ਦੇਰ ਇਹ ਨਾ ਹੋਇਆ ਇਹਨਾਂ ਨੂੰ ਸੁਣਨੀ ਵੀ ਕਿਸੇ ਨੇ ਨਹੀਂ। ਹਰ ਤਰ੍ਹਾਂ ਦੀ ਕੁਰਬਾਨੀ ਲਈ ਮੈਂ ਤਿਆਰ ਹਾਂ। ਪ੍ਰੋਬਲਮ ਇਹ ਹੈ ਕਿ ਮੈਂ, ਤੁਸੀਂ ਇਹ ਪਿੰਡਾਂ 'ਚ ਜਾ ਕੇ ਕਹੋ ਇਹਨੂੰ ਵੋਟਾਂ ਨਾ ਪਾਓ, ਇਹ ਤੁਹਾਨੂੰ ਹੱਕ ਹੈ, ਮੈਨੂੰ ਮੇਰੇ ਲੋਕਾਂ ਨੂੰ ਮਿਲਣ ਤਾਂ ਦਿਓ।
ਮੈਨੂੰ ਦੇਖਣ 'ਚ ਦਿਓ ਕਿਹੜੇ ਹਾਲ 'ਚੋਂ ਰਹਿ ਰਿਹਾ। ਮੇਰਾ ਖੂਨ ਆ, ਮੇਰਾ ਸਮਾਜ ਆ, ਜਿੱਥੇ ਮੈਂ ਜਾਂਦਾ ਉੱਥੇ ਪਹਿਲਾਂ ਹੀ ਮੱਤ ਮਾਰ ਲੈਂਦੇ, ਬੋਲਣਾ ਕੀ ਹੈ। ਕੋਈ ਰੱਬ ਤੋਂ ਡਰੋ, ਖੌਫ ਤੋਂ ਡਰੋ, ਦਸਾਂ ਗੱਡੀਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਾਤ ਪਾਤ ਖਤਮ ਕੀਤੀ। ਪ੍ਰਧਾਨ ਜੀ, ਮੈਂ ਉਹਨਾਂ ਲੋਕਾਂ ਦੀ ਲੜਾਈ ਲੜਦਾ ਜਿਹੜੇ ਇੱਕ ਦਿਨ ਵੀ ਅੰਦੋਲਨ ਨਹੀਂ ਕਰ ਸਕਦੇ। ਕੁਛ ਲੋਕ ਉਹਨਾਂ ਲੋਕਾਂ ਦੀ ਲੜਾਈ ਲੜਦੇ ਜਿਹਨਾਂ ਨੂੰ ਅਰਬਾਂ ਡਾਲਰ ਮਿਲ ਜਾਂਦੇ ਆ, ਪੌਂਡ ਮਿਲ ਜਾਂਦੇ, ਰੁਪਈਏ ਮਿਲ ਜਾਂਦੇ ਆ, ਦੋ ਦਿਨ ਐਜੀਟੇਸ਼ਨ ਨਹੀਂ ਚਲਾ ਸਕਦੇ, ਅੰਦੋਲਨ ਨਹੀਂ ਚਲਾ ਸਕਦੇ। ਸਵਾਲ ਜਿੱਥੇ ਵੀ ਮੈਨੂੰ ਹੁਕਮ ਕਰਨਗੇ ਮੈਂ ਦੇਵਾਂਗਾ, ਪਰ ਇਹਨਾਂ ਸਵਾਲਾਂ ਦਾ ਜਵਾਬ ਕੋਈ ਕਿਸੇ ਕੋਲ ਹੈ? ਜਿਹਨਾਂ ਲੋਕਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ, ਜਿਹਨਾਂ ਨੇ ਆਪਣੇ ਪਿਤਾ ਦਾ ਸੀਸ ਲਾ ਕੇ ਦਿੱਲੀ ਰੱਖ ਕੇ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲਿਆ ਕੇ ਉੱਥੇ ਅਨੰਦਪੁਰ, ਇਹ ਉਹ ਕੌਮ ਹੈ, ਇਹ ਉਹ ਲੋਕ ਹੈ ਜਿਹਨਾਂ ਦੀ ਹਿਸਟਰੀ ਵੀ ਖਤਮ ਕਰ ਦਿੱਤੀ ਗਈ, ਗੈਰਤ ਵੀ ਖਤਮ ਕਰਨ ਦੀ ਹੁਣ ਕੋਸ਼ਿਸ਼ ਕਰ ਰਿਹਾ ਹੈ। ਇਹ ਮੇਰਾ ਮਾਲਕਾ ਜੀ ਤੋਂ ਸੁਣਦਾ, ਇੱਕ ਦੁਨੀਆਂ ਦੀਆਂ ਸਰਕਾਰਾਂ, ਇੱਕ ਉੱਪਰ ਸਰਕਾਰ ਆ, ਜਾਂ ਇਹਨਾਂ ਦਾ ਕਸੂਰ ਦੱਸ ਜਾਂ ਇਹਨਾਂ ਦੇ ਦਿਨ ਫੇਰ। ਪੋਲੀਟੀਸ਼ਨਾਂ ਨੇ ਤੇ ਵੋਟਾਂ ਦੇ ਦਿਨ ਚਾ ਕੇ ਐਗਜਿਟ ਕਰਨਾ ਹੁੰਦਾ ਸਾਰਿਆਂ ਨੇ, ਮੈਂ ਵੀ ਕਰਾਂਗਾ, ਹੋਰ ਵੀ ਕਰਾਂਗਾ, ਪਰ ਰੱਬ ਦੇ ਘਰ ਵਿੱਚ ਮੈਨੂੰ ਕਿਲਾ ਆ ਕਿ ਜਦੋਂ ਵੀ ਔਲੀਆ ਆਈ ਸਿੱਖ ਕੌਮ ਤੇ, ਕੁਛ ਲੋਕ ਭੱਜ ਗਏ, ਕੁਛ ਲੋਕ ਡਟ ਗਏ, ਜੇ ਡਟਣ ਵਾਲੇ ਆ ਬੈਠੇ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਵਾਲੇ, ਸਾਹਿਬ ਸਿਕਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਥ ਦੇਣ ਵਾਲੇ, ਪਹਿਲੀ ਗੱਦੀ ਤੋਂ ਲੈ ਕੇ ਦਸਾਂ ਗੱਦੀਆਂ 'ਚ ਨਾਲ ਮੌਜੂਦ ਰਹੇ। ਇਹਨਾਂ ਲੋਕਾਂ ਦੇ ਬਾਰੇ ਤਾਂ ਅਨਾਊਂਸਮੈਂਟਾਂ ਵੀ ਮੈਂ ਗੁਰਦੁਆਰਿਆਂ 'ਚ ਸੁਣਿਆ ਕਿ ਇੰਨੀ ਕੁ ਦਿਹਾੜੀ ਦਿਓ, ਨਹੀਂ ਤਾਂ ਇਹਨਾਂ ਨੂੰ ਦਿਹਾੜੀ 'ਤੇ ਨਾ ਬੁਲਾ। ਜੇ ਹੁਣ ਨਰੇਗਾ ਨਰੂਗਾ ਚੱਲਿਆ ਉਹ ਵੀ ਰੋਕੀ ਜਾਂਦੇ ਆ, ਜੇ ਗਰਾਂਟਾਂ ਆ ਗਈਆਂ ਤਾਂ ਉਹ ਦੇਖੋ ਜਿਹਨਾਂ ਦੀ ਛੱਤ ਚੋੜ ਲਈ ਹੈ, ਮੇਰੇ ਤੋਂ ਜ਼ਿਆਦਾ ਗਰੀਬੀ ਕਿਹਨੇ ਦੇਖੀ ਹੈ। ਬਾਰਿਸ਼ ਪੈਣੀ ਕਦੀ ਬਾਪ ਉੱਪਰ ਚੜਿਆ ਮਿੱਟੀ ਲਾਈ ਜਾ ਰਿਹਾ ਤਾਂ ਥੱਲੇ ਕੋਈ, ਕਦੀ ਪੌੜੀ ਰੱਖੀ, ਕਦੀ ਚੰਨਾ ਰੱਖਿਆ, ਕਦੀ ਪਰਾਤ ਰੱਖੀ, ਟਿਪ 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 ਕਰਦੇ। ਇਸ ਤਰ੍ਹਾਂ ਦੇ ਦਿਨ ਕੱਟ ਕੇ ਜਿਹਨੇ ਪ੍ਰਧਾਨ ਸਾਹਿਬ ਤਰੱਕੀ ਕੀਤੀ ਹੋਵੇ ਉਹਦੇ ਤੋਂ ਭੁੱਲਦੀ ਥੋੜ੍ਹੀ ਆ ਗਰੀਬੀ। ਮੈਨੂੰ ਦੱਸੋ ਜੇ ਇਹ ਅੰਦੋਲਨ ਆਪਣੇ ਹੱਕਾਂ ਲਈ ਸ਼ੁਰੂ ਕਰਨ, ਦੋ ਦਿਨ ਚਲਾ ਸਕਦੇ ਆ? ਤੇ ਸਵਾਲ ਉਹ ਕਰਦੇ ਜਿਹੜੇ ਹਜ਼ਾਰਾਂ ਅਤੇ 20-20 ਸਾਲ ਵੀ ਬੈਠ ਸਕਦੇ, ਉਹਨਾਂ ਨੂੰ ਸਪੋਰਟ ਤਾਂ ਹੈ, ਉਹਨਾਂ ਨੂੰ ਸਪੋਰਟ ਤਾਂ ਹੈ। ਇਸ ਕਰਕੇ ਮੈਂ ਦਿੱਲੀ ਛੱਡ ਕੇ ਉੱਥੋਂ ਜੇ ਕੋਈ ਹੋਰ ਸਿਆਸਤਦਾਨ ਆਉਂਦਾ 6.25 ਲੱਖ ਨਾਲ ਜਿੱਤੇ ਸੀ ਰਾਜਨਾਥ ਕੀ, ਫਿਰ ਜਿੱਤ ਜਾਣਾ ਸੀ। ਮੈਨੂੰ ਪੁੱਛਿਆ ਉਹਨਾਂ ਨੇ, ਮੈਂ ਕਿਹਾ ਗੱਲ ਇਹ ਆ ਕਿ ਮਰ ਜਾਣਾ, ਦੁਨੀਆਂ ਛੱਡ ਜਾਣੀ, ਬਾਅਦ 'ਚ ਕਹਿਣਗੇ ਕੀ ਕਰਕੇ ਗਿਆ ਸੀ, ਸਾਡੇ 'ਚ ਪੈਦਾ ਹੋਇਆ ਸੀ, ਕਰਕੇ ਕੀ ਗਿਆ ਸੀ। ਉਹ ਤਾਂ ਕੋਈ ਕਸਰ ਨਹੀਂ ਛੱਡਦਾ ਭੇਜਣ ਲੱਗਾ, ਪਿੰਡਾਂ ਦੀ ਸਿਆਸਤ ਨੇ ਬੇੜਾ ਗਰਕ ਕੀਤਾ ਹੋਇਆ। ਜਿਹਨਾਂ ਤਾਈਂ ਪਹੁੰਚਣਾ ਚਾਹੀਦਾ ਉਹਨਾਂ ਤਾਈਂ ਕੁਛ ਪਹੁੰਚਦਾ ਨਹੀਂ, ਰੱਜਿਆਂ ਨੂੰ ਰਜਾਈ ਜਾਂਦੇ ਆ, ਨਾ ਇਨਸਾਫ਼ੀ ਆ।